ਕਰ ਲੈ ਨਬੀ ਦੇ ਸਹਾਬਾ ਨਾਲ ਪਿਆਰ, ਜ਼ਿੰਦਗੀ ਚ ਹੋਸ਼ਿਆ ਰੌਣਕ ਬਹਾਰ। ਕਰ ਲੈ ਨਬੀ ਦੇ ਸਹਾਬਾ ਨਾਲ ਪਿਆਰ, ਜ਼ਿੰਦਗੀ ਚ ਹੋਸ਼ਿਆ ਰੌਣਕ ਬਹਾਰ। ਜਿੰਨੇ ਕਰਬਾਰ ਸਭ ਦੀਨ ਤੇ ਲੁਟਾਇਆ ਏ, ਉਹਨੇ ਕਿਵੇਂ ਹੱਕ ਬੀਬੀ ਫਾਤਿਮਾ ਦਿਖਾਇਆ ਏ। ਜਿੰਨੇ ਕਰਬਾਰ ਸਭ ਦੀਨ ਤੇ ਲੁਟਾਇਆ ਏ, ਕਿਵੇਂ ਹੱਕ ਬੀਬੀ ਫਾਤਿਮਾ ਦਿਖਾਇਆ ਏ। ਬੰਦਾ ਬਣ ਭੰਗੀ ਐਵੇਂ ਚੱਵਲਾ ਨਾ ਮਾਰ, ਕਰ ਲੈ ਨਬੀ ਦੇ ਸਹਾਬਾ ਨਾਲ ਪਿਆਰ। ਬੰਦਾ ਬਣ ਭੰਗੀ ਐਵੇਂ ਚੱਵਲਾ ਨਾ ਮਾਰ, ਕਰ ਲੈ ਨਬੀ ਦੇ ਸਹਾਬਾ ਨਾਲ ਪਿਆਰ। ਸਹਾਬਾ ਨੂੰ ਜਪੋਂਗੇ ਉਹ ਨੁਤਫਾ ਹਰਾਮੀ ਏ, ਬਦ ਕਿਰਦਾਰ ਦੀ ਪੱਕੀ ਏ ਨਿਸ਼ਾਨੀ ਏ। ਗੱਲ ਸੁਣ ਐ ਮੁਤਾ ਦੀ ਪੈਦਾਵਾਰ, ਕਰ ਲੈ ਨਬੀ ਦੇ ਸਹਾਬਾ ਨਾਲ ਪਿਆਰ। ਸਦੀਕ ਉਮਰ ਉਸਮਾਨ ਜੀ ਦੇ ਯਾਰ ਨੇ, ਅੱਲਾ ਦੇ ਉਹ ਸ਼ੇਰ ਨਾਲੇ ਹੈਦਰੇ ਕਰਾਰ ਨੇ। ਚਾਰਾਂ ਨੂੰ ਤੂੰ ਮੰਨ ਚਾਰੇ ਨਬੀ ਦੇ ਨੇ ਯਾਰ, ਕਰ ਲੈ ਨਬੀ ਦੇ ਸਹਾਬਾ ਨਾਲ ਪਿਆਰ। ਗਾਦੀ ਲਮਦੀਨ ਮਦੀਨੇ ਵੱਲ ਚਿਹਰਾ ਕਰਕੇ ਆਉਂਦਾ ਐ ਸਬਜ਼ ਗੁੰਬਦ ਵਾਲੇ ਮਨਜ਼ੂਰ, ਦੁਆ ਕਰਨਾ ਐ ਸਬਜ਼ ਵੇਲਾ ਕਬੂਲੀਅਤ ਦੀ ਮੋਹਰ ਲੱਗ ਜਾਏ। ਸਾਰੇ ਹੱਥ ਬੁਲੰਦ ਕਰੋ, ਅੱਖਾਂ ਬੰਦ ਕਰਕੇ ਮਦੀਨੇ ਦਾ ਤਸੱਵਰ ਲੈ ਕੇ ਆਖੋ ਐ ਸਬਜ਼ ਪਦ ਵਾਲੇ ਮਨਜ਼ੂਰ, ਦੁਆ ਕਰਨਾ ਐ ਸਬਜ਼ ਜਬ ਵਕਤੇ ਨਿਜ਼ਾ ਆਏ ਦੀਦਾਰ ਅਤਾ ਕਰਨਾ, ਜਬ ਵਕਤੇ ਨਿਜ਼ਾ ਆਏ ਇਲਮ ਦੀਨ ਸ਼ਹੀਦ ਰਹਿਮਤੁਲਾਹ ਅਲੈ। ਇਹ ਕੋਈ ਆਮ ਜਣਾ ਨਹੀਂ, ਬਸ ਥੋੜਾ ਜਿਹਾ ਤਾਰੂਫ ਸੁਣੋ, ਇਲਮ ਦੀਨ ਹੈ ਕੌਣ। ਆ ਸਾਡਾ ਜੱਲੋ ਮੋੜ ਹੈ, ਜੱਲੋ ਮੋੜ ਤੋਂ ਜਾਂਦਾ ਪਸੀਨ ਨੂੰ ਰਾਹ, ਤੇ ਵਿੱਚ ਕਾਰ ਰਸਤੇ ਤੇ ਨਾ ਕਬਰਸਤਾਨ ਆਉਂਦਾ। ਉਸ ਕਬਰਸਤਾਨ ਦੇ ਅੰਦਰ ਕਬਰੇ ਬਾਬਾ ਲਹਿਣਾ ਸਿੰਘ ਜੀ, ਕਿਹਦੀ ਸਾਰੇ ਬੋਲੋ ਯਾਰ, ਕਿਹਦੀ? ਬਾਬਾ ਲਹਿਣਾ ਸਿੰਘ। ਇਹਦੇ ਕੋਲ ਚੰਦ ਮੁਸਲਮਾਨ ਯਾਰ ਸਨ, ਤੇ ਇਹਨੇ ਆ ਕੇ ਮੁਸਲਮਾਨ ਯਾਰਾਂ ਕੋਲ ਬਹਿਣਾ, ਤੇ ਮੁਸਲਮਾਨ ਯਾਰਾਂ ਕੋਲ ਬਹਿਣਾ, ਤੇ ਮੁਸਲਮਾਨਾਂ ਹਰ ਵੇਲੇ ਮੁਹੰਮਦ 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 ਮੁਹੰਮਦ। ਇਹ ਇੱਕ ਦਿਨ ਕਹਿਣ ਲੱਗਾ, ਯਾਰ ਹਰ ਵੇਲੇ ਮੁਹੰਮਦ ਮੁਹੰਮਦ ਜਪਦੇ ਹੋ, ਇਹ ਮੁਹੰਮਦ ਹੈ ਕੌਣ? ਉਹਨਾਂ ਆਖਣਾ ਅੱਲਾਹ ਦਾ ਆਖਰੀ ਨਬੀ ਹੈ, ਸਾਡਾ ਮਾਹੀ ਹੈ, ਸਾਡਾ ਮਹਬੂਬ ਹੈ। ਤੇ ਇਹਨੂੰ ਖਿਆਲ ਆਇਆ ਜਿਹਦਾ ਨਾਂ ਏਡਾ ਸੋਹਣਾ, ਨਬੀ ਆਪ ਕਿੱਡਾ ਕੁ ਸੋਹਣਾ ਹੋਵੇਗਾ। ਤੇ ਇਹ ਕਹਿਣ ਲੱਗਾ, ਮੈਨੂੰ ਵੀ ਕਲਮਾ ਪੜਾਓ, ਮੈਂ ਵੀ ਉਸ ਨਬੀ ਦਾ ਗੁਲਾਮ ਬਣਨਾ ਚਾਹੁੰਦਾ। ਬਾਬਾ ਲਹਿਣਾ ਸਿੰਘ ਨੇ ਨਾ ਕਲਮਾ ਪੜ ਲਿਆ, ਜਦੋਂ ਹਜ਼ੂਰ ਦੀ ਗੁਲਾਮੀ ਆ ਗਈ, ਯਰਾਨੇ ਬਦਲ ਗਏ, ਤੌਰ ਬਦਲ ਗਈ, ਗੁਫਤਾਰ ਬਦਲ ਗਈ, ਉੱਠਣਾ ਬਦਲ ਗਿਆ, ਬੈਠਣਾ ਬਦਲ ਗਿਆ। ਘਰ ਵਾਲੇ ਹੈਰਾਨ ਸਨ, ਇਹਨੂੰ ਬਣਿਆ ਕੀ? ਇਹਦੀ ਤੌਰ ਬਦਲ ਗਈ, ਗੁਫਤਾਰ ਬਦਲ ਗਈ, ਉੱਠਣਾ ਬਦਲ ਗਿਆ, ਬੈਠਣਾ ਬਦਲ ਗਿਆ, ਯਰਾਨੇ ਬਦਲ ਗਏ, ਇਹਨੂੰ ਕੀ ਬਣਿਆ? ਅਖੀਰ ਘਰ ਵਾਲੇ ਰਹਿ ਨਾ ਸਕੇ, ਤੇ ਇੱਕ ਦਿਨ ਕਹਿਣ ਲੱਗੇ, ਲੈਣਿਆ ਤੈਨੂੰ ਕੀ ਹੋਇਆ? ਆਂਦਾ, ਹੋਣਾ ਕੀ ਸੀ, ਮੈਂ ਮਦੀਨੇ ਵਾਲੇ ਦੀਆਂ ਜ਼ੁਲਫਾਂ ਦਾ ਗੁਲਾਮ ਬਣ ਗਿਆ। ਮੈਂ
سرکار دا غلام بن گیا وہ جدو گھر والے سنے نا کلمہ پڑھیا انہاں تکا مار نکل کرو باہر تو تے مسلمان ہو گیا جا جنہاں دے آکھے کلمہ پڑھیا انہاں دا بوا مل یاراں کول گیا جڑے اے دی برادری دے یار سارے چھڈ گئے رشتہ دار بھی چھڈ گئے ہن جدو کوئی بوا نظر نہیں نہ آیا تے بابا لہنا سنگھ گلیاں تے بازاراں چ آ گیا تے ہن کوئی بوا نظر نہیں سوائے مدینے دے تے بابا لہنا سنگھ مدینے والا چہرہ کر کے آندا کھلے بوے ویکھ کے تیرے دوارے آ گئے کھلے بوے ویکھ کے تیرے دوارے آ گئے کھلے بوے ویکھ کے تیرے دوارے آ گئے سن دلا دیا مہر مادر دانے مارے آ گئے چھوڑ دیتا بابا لہنا سنگھ مدینے والے چہرہ کر کے آئے کملی والے تیرا عشق کما کے سنیا یہ حالت بن گئی ہے سارے چھڈ گئے کملی والے گھر والے بھی چھوڑ دیتا رشتے دار بھی چھوڑ دیتا ہے ہن دے کوئی مان تسی میرے ہو میں تیرا کملی والے تیرے عشق دا بڑا مان ہے اے بابا لہنا سنگھ دی شادی ہو گئی ایدی اولاد وچ رب نے ایک بچہ عطا فرمایا اس بچے دا نام تانیا مد رکھیا ہے مد جوان ہویا تالیا مد دی شادی ہو گئی چراغ بی بی دے نال دوویں میاں بی بی رل کے دعا منگدے نے یا اللہ سانو پتر دے دے ربا سانو پتر دے دے کونے دے والی دے غلاموں دعا منگیا کرو شالا جگ دے بے اولاد کوئی بھی نہ ہوئے جتنی اولاد نہ ہوئے ان شریک میرے ماردا ہے جدی اولاد نہ ہوئے انو رشتہ دار میں نے مار دینے انو عزیز و اکرم آوی میں نے مار دینے کہ بابا لہنا سنگھ رب دی بار بتا لیا مد دعا کر دا یا اللہ منو پتر دے دے چراغ بی بی بھی دعا کر دیے ربا منو پتر دے دے کھڑی والا بابا کہ دس ایک پتر آن دی اے پیدا ڈی ہو دی اے تے کہہ گئے لوگ سیانے اے تے باتیں نبیاں وی منگیا اے تے کر کر عذر بہا دے غلاموں تانے آمد بھی دعا مانگتا ہے چراغ بی بی بھی دعا مانگتی ہے اللہ دعا قبول فرمائی رب نے پتر عطا فرمایا اے نامیاں بی بی نے رل کے پتر دانا محمد دین رکھیا ہے ایک پتر اللہ نے عطا کی تا ماں باپ نے دعا مانگی ربا ایک پتر دیتا ہی ایک اور دے دے ساڑی جوڑی رل اللہ نے دعا قبول کر کے دوسرا پتر عطا فرمایا پہلے پتر دانا محمد دین دوجے پتر دانا علم دین بابا لہنا سنگھ دا پتر تالیا مان دعا منگی چراغ بی بی نہ شادی تو بعد اللہ پتر دیتا ایک دا نام محمد دین اللہ دوجا پتر دیتا تے اس پتر دا نام
ਇਲਮ ਦੀਨ ਇਹ ਇਲਮ ਦੀਨ ਹੈ ਜਿਹੜਾ ਜਵਾਨ ਹੋ ਕੇ ਤੇ ਹਜ਼ੂਰ ਦੇ ਇਸ਼ਕ ਚ ਗੋਤਾ ਖਾ ਕੇ ਕਿਆਮਤ ਤੱਕ ਸੁਨੀਆਂ ਤੇ ਸਿਰ ਦਾ ਤਾਜ ਬਣ ਗਿਆ ਜਿਹਨੇ ਆਪਣੀ ਜਾਨ ਹਜ਼ੂਰ ਤੋਂ ਵਾਰ ਦਿੱਤੀ ਹਜ਼ਰਤ ਗਾਜ਼ੀ ਇਲਮ ਦੀਨ ਸ਼ਹੀਦ ਰਹਿਮਤੁੱਲਾ ਅਲੇ ਜਨਾਜ਼ਾ ਤੱਕਿਆ ਨਾ ਮੌਲਵੀ ਤਾਜਦੀਨ ਰਹਿਮਤੁੱਲਾ ਅਲੇ ਦਾ ਉਹ ਜਨਾਜ਼ਾ ਲੈ ਕੇ ਜਾ ਰਹੇ ਸਨ ਤੇ ਸਾਰੀ ਦੁਨੀਆਂ ਰੋਂਦੀ ਜਾਏ ਤੇ ਅੱਜ ਕੋ ਫੋਤ ਹੋ ਜਾਏ ਕੌਣ ਰੋਂਦਾ ਹੈ ਪਿਓ ਮਰ ਜੇ ਪੁੱਤਰ ਰੋਂਦਾ ਹੈ ਮਾਂ ਮਰ ਜੇ ਪੁੱਤਰ ਰੋਂਦਾ ਹੈ ਧੀਆਂ ਰੋਂਦੀਆਂ ਚਾਚੇ ਤਾਏ ਰਿਸ਼ਤੇਦਾਰ ਰੋਂਦੇ ਮੱਲੇਦਾਰ ਤੇ ਨਹੀਂ ਨਾ ਰੋਂਦੇ ਤੇ ਮੌਲਵੀ ਤਾਜਦੀਨ ਦਾ ਜਨਾਜ਼ਾ ਜਾਵੇ ਤੇ ਜਿੰਨੀ ਖਲਕਤ ਜਨਾਜ਼ੇ ਚ ਜਾ ਰਹੀ ਸੀ ਸਾਰੇ ਰੋਂਦੇ ਸਨ ਕੋਈ ਹਜ਼ਰਤ ਗਾਜ਼ੀ ਇਲਮਦੀਨ ਕੋ ਲਿਆ ਨਾ ਗਿਆ ਤੇ ਗਾਂ ਹੋ ਕੇ ਕਹਿਣ ਲੱਗੇ ਜਨਾਜ਼ੇ ਚ ਰੋਣਾ ਲਿਓ ਇਹ ਕਿਹਦਾ ਜਨਾਜ਼ਾ ਹਰ ਬੰਦਾ ਟਾਰਾ ਮਾਰ ਕੇ ਰੋਂਦਾ ਹੈ ਪਿਆ ਉਹ ਕਹਿਣ ਲੱਗੇ ਯਾਰ ਰਿਸ਼ਤੇਦਾਰ ਤੇ ਨਹੀਂ ਪਰ ਸਾਡੇ ਮੁਹੱਲੇ ਦੀ ਮਸਜਿਦ ਦਾ ਇਮਾਮ ਹੈ ਇਹਦਾ ਨਾਮ ਮੌਲਵੀ ਤਾਜਦੀਨ ਹੈ ਸਾਰੀ ਜ਼ਿੰਦਗੀ ਇਸ਼ਕੇ ਮੁਸਤਫਾ ਵਿੱਚ ਗੁਜ਼ਾਰੀ ਹੈ ਤੇ ਹਜ਼ੂਰ ਨਾਲ ਇਹਨੇ ਪਿਆਰ ਕਰਦਾ ਸੀ ਅੱਜ ਰੂਹ ਨਿਕਲ ਗਈ ਹੈ ਆਪਣੇ ਵੀ ਰੋ ਰਹੇ ਨੇ ਬੇਗਾਨੇ ਵੀ ਰੋ ਰਹੇ ਨੇ ਸਾਰੇ ਰੋਂਦੇ ਨਜ਼ਰ ਆ ਰਹੇ ਨੇ ਹਜ਼ਰਤ ਗਾਜ਼ੀ ਇਲਮਦੀਨ ਜਦੋਂ ਵੇਖਿਆ ਨਾ ਜਨਾਜ਼ਾ ਤੇ ਮਦੀਨੇ ਵੱਲ ਚਿਹਰਾ ਕਰਕੇ ਆਉਂਦੇ ਨੇ ਮਦੀਨੇ ਵਾਲਿਆ ਕਾਸ਼ ਮੈਂ ਵੀ ਇੰਜ ਮਰਾਂ ਲੋਕੀ ਵੇਖ ਕੇ ਆਖਣ ਆਸ਼ਕ ਦਾ ਜਨਾਜ਼ਾ ਪਿਆ ਜਾਂਦਾ ਕਾਸ਼ ਮੈਨੂੰ ਵੀ ਮੌਤ ਹੀ ਨਹੀਂ ਆਵੇ ਕਿ ਲੋਕ ਵੇਖ ਕੇ ਕਹਿਣ ਆਸ਼ਿਕ ਦਾ ਬੋਲੋ ਬੋਲੋ ਆਸ਼ਿਕ ਦਾ ਤੇ ਗਾਦੀ ਲਮਦੀਨ ਮਦੀਨੇ ਵੱਲ ਚਿਹਰਾ ਕਰਕੇ ਆਉਂਦਾ ਐ ਸਬਜ਼ ਗੁੰਬਦ ਵਾਲੇ ਅੱਧੀ ਰਾਤ ਦਾ ਵੇਲਾ ਕਬੂਲੀਅਤ ਦੀ ਮੋਹਰ ਲੱਗ ਜਾਏ ਸਾਰੇ ਹੱਥ ਬੁਲੰਦ ਕਰੋ ਅੱਖਾਂ ਬੰਦ ਕਰਕੇ ਮਦੀਨੇ ਦਾ ਤਸੱਵਰ ਲੈ ਕੇ ਆਖੋ ਐ ਗੁੰਬਦ ਵਾਲੇ ਮੰਜ਼ੂਰ ਦੁਆ ਕਰਨਾ ਜਬ ਵਕਤੇ ਜਬ ਵਕਤੇ ਰਿਜ਼ਾ ਆਏ ਦੀਦਾਰ ਹਜ਼ਰਤ ਗਾਜ਼ੀ ਇਲਮਦੀਨ ਸ਼ਹੀਦ ਰਹਿਮਤੁੱਲਾ ਅਲੇ ਮਦੀਨੇ ਵੱਲ ਚਿਹਰਾ ਕਰਕੇ ਅਰਦ ਕੀਤੀ ਮਦੀਨੇ ਵਾਲਿਆ ਕਾਸ਼ ਮੈਂ ਵੀ ਇੰਜ ਦੁਨੀਆਂ ਤੋਂ ਜਾਵਾਂ ਲੋਕੀ ਵੇਖ ਕੇ ਆਖਣ ਆਸ਼ਿਕ ਦਾ ਜਨਾਜ਼ਾ ਜਾ ਰਿਹਾ ਫਿਰ ਜ਼ਮਾਨੇ ਵੇਖਿਆ ਜਦੋਂ ਹਜ਼ਰਤ ਗਾਜ਼ੀ ਇਲਮਦੀਨ ਸ਼ਹੀਦ ਰਹਿਮਤੁੱਲਾ ਅਲੇ ਦਾ ਜਨਾਜ਼ਾ ਨਿਕਲਿਆ ਬੜੇ ਬੜੇ ਪੀਰ ਬੜੇ ਬੜੇ ਗੱਦੀ ਨਸ਼ੀਨ ਸੈਯਦਜ਼ਾਦੇ ਆਪਣੀਆਂ ਪੱਗਾਂ ਲਾ ਕੇ ਹਜ਼ਰਤ ਗਾਜ਼ੀ ਸਾਹਿਬ ਦੇ ਕਦਮਾਂ ਤੇ ਮਲਦੇ ਨੇ ਪਏ ਤੇ ਮੁਰੀਦ ਕਹਿਣ ਲੱਗੇ ਹਜ਼ੂਰ ਕੀ ਬਣਿਆ ਤੁਸੀਂ ਸੈਯਦਜ਼ਾਦੇ ਹੋ ਪੱਗਾਂ ਲਾ ਕੇ ਇਸ ਆਸ਼ਿਕ ਦੇ ਪੈਰਾਂ ਤੇ ਕਿਉਂ ਰੱਖਦੇ ਹੋ ਤੇ ਸੈਯਦਜ਼ਾਦੇ ਰੋ ਕੇ ਆਉਂਦੇ ਸਨ ਕੀ ਦੱਸੀਏ ਗੁਸਤਾਖੀ ਸਾਡੇ ਨਾਨੇ ਦੀ ਹੋਈ ਸੀ ਬਦਲੇ ਅਸੀਂ ਲੈ ਲਏ ਸਨ ਤਰਖਾਨਾ ਦਾ ਪੁੱਤਰ ਬਾਦੀ ਲੈ ਗਿਆ ਉਹ ਵੇਖੋ ਇਸ਼ਕ ਤਰਖਾਨਾ ਦਾ ਪੁੱਤਰ ਵਾਲੀ ਲੈ ਗਿਆ ਤੇ ਬਾਈ ਸਾਹਿਬ ਬਾਤ ਇਹ ਵੇ ਹਜ਼ੂਰ ਦੇ ਹੋ ਕੇ ਮਰ ਜਾਓ ਫਿਰ ਜ਼ਮਾਨਾ ਤੁਹਾਡੇ ਗੀਤ ਜ਼ਰੂਰ ਗਾਇਆ ਕਰੇਗਾ ਫਿਰ ਜ਼ਮਾਨਾ ਤੁਹਾਨੂੰ ਸਲਾਮ ਕਰਕੇ ਯਾਦ ਕਰਿਆ ਕਰੇਗਾ ਸਾਨੂੰ ਵੀਰਚੇਰ ਵਾਲੇ ਬਾਬੇ ਇੱਕੋ ਹੀ ਸਬਕ ਪੜਾਇਆ ਹੈ ਤੇ ਸਾਨੂੰ ਬਾਬਾ ਜੀ ਇਹ ਦੱਸ ਗਏ ਜੀਓ ਤੋ ਐਸੇ ਜੀਓ ਇਹ ਤਕਰੀਰ ਹੋਣੀ ਮੈਂ ਕਦੇ ਕਦੇ ਕਰਾਂਗਾ ਤੇ ਤੁਸੀਂ ਮੁਹੱਬਤ ਨਾਲ ਬੈਠੋ ਇਹ ਮੁਹੰਮਦ ਨਈਮ ਇਹ ਬਰਖੁਰਦਾਰ ਹੈ ਫਕੀਰ ਨਾਲ ਮੁਹੱਬਤ ਕਰਦਾ ਹੈ ਇਹ ਕਾਫੀ ਅੱਜ ਸਾਰਾ ਦਿਨ ਰਾਬਤੇ 'ਚ ਰਿਹਾ ਆਉਣਾ 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 ਅਤੇ ਮੈਂ ਚਲੋ ਕੋਈ ਸ਼ੈਡੂਲ ਬਣਾਉਂਦੇ ਹਾਂ ਮੈਂ ਅਸਲ ਠੋਕਰ 'ਤੇ ਖਿਤਾਬ ਕੀਤਾ ਅਤੇ ਫਿਰ ਇਹ ਸੰਗੀਤ ਰਾਬਤੇ 'ਚ ਰਹੇ ਅਤੇ ਚਲੋ ਮੈਂ ਹਾਜ਼ਰ ਹੋ ਗਿਆ ਅਤੇ ਤੁਹਾਡੀ ਮਿਹਰਬਾਨੀ ਹੈ ਤੁਸੀਂ ਵੀ ਇੰਨੇ ਕੋਲ ਆ ਗਏ ਹੋ ਉਂਝ ਤਾਂ ਮੈਂ ਰਾਬਤੇ ਸੰਗੀਤ ਨਾਲ ਰਿਹਾ ਹਾਂ ਅਤੇ ਮੈਂ ਕਿਹਾ ਬੰਦੇ ਕਿੱਥੇ
ਆਂਦਾ ਦੋ ਚਾਰ ਬੈਠੇ ਜਿਵੇਂ ਛੱਲੀ ਨੀ ਭੋਰੀ ਹੁੰਦੀ, ਇੱਕ ਦਾਣਾ ਉੱਥੇ ਤੇ ਇੱਕ ਦਾਣਾ ਉੱਥੇ, ਤੇ ਉਹ ਸਾਹਿਬ ਬਣਿਆ। ਤੇ ਚਲੋ ਚਾਰ ਇਕੱਠੇ ਹੋ ਕੇ ਬਹਿ ਗਏ, ਉਹ ਹਜ਼ੂਰ ਦੀਆਂ ਗੱਲਾਂ ਕਰ ਲਈਆਂ, ਸਰਕਾਰ ਦੇ ਆਸ਼ਕਾਂ ਦੀਆਂ ਗੱਲਾਂ ਕਰ ਲਈਆਂ, ਤੇ ਸਾਡੀ ਬਖਸ਼ਿਸ਼ ਦਾ ਸਮਾਨ ਬਣ ਗਿਆ। ਤੇ ਬਸ ਆਖਰੀ ਸ਼ੇਰ ਇਹ ਕਿ ਤੁਸੀਂ ਜ਼ੋਕ ਨਾ ਪੜੋ, ਸੁਭਾਨ ਅੱਲਾਹ। ਸਾਨੂੰ ਬਾਬਾ ਜੀ ਦੱਸ ਕੇ ਜੀਓ ਤੋ ਐਸੇ ਜੀਓ, ਹਰ ਸ਼ਖਸ ਤੁਝੇ ਸਲਾਮ ਕਰੇ। ਆ ਬਗੈਰਤ ਵਾਲੀ ਜ਼ਿੰਦਗੀ ਨਹੀਂ ਜੀਣੀ, ਗੈਰਤਮੰਦ ਵਾਲੀ ਜ਼ਿੰਦਗੀ ਜੀਣੀ। ਬਸ ਜ਼ਿੰਦਗੀ ਉਹ ਹੀ ਹੈ ਨਾ ਕਿ ਜਿਸ ਜ਼ਿੰਦਗੀ ਚ ਹਜ਼ੂਰ ਦੇ ਇਸ਼ਕ ਦਾ ਮਿਹਣਾ ਮਿਲ ਜਾਏ, ਯਾਰ ਦੇ ਇਸ਼ਕ ਦਾ ਤਾਨਾ ਮਿਲ ਜਾਏ। ਤੇ ਕਈ ਬੰਦੇ ਵਿਚਾਰੇ ਇੰਜ ਜਿਉਂਦੇ ਨੇ ਗਲੀ ਦਾ ਮੋੜ ਮੁੜਨ ਨਾ, ਤੇ ਅਗਲਾ ਵੇਖ ਕੇ ਰਾਹ ਪਲ ਜਾਂਦਾ, ਭੈੜੀ ਬੂਥੀ ਵਾਲਾ ਤੁਰਿਆ ਹੁੰਦਾ, ਕੰਨੀ ਕਤਰਾ ਉਹ ਜੇ ਮੱਥੇ ਲੱਗ ਗਿਆ ਸਾਰਾ ਦਿਨ ਕੰਮ ਨਹੀਂ ਲੱਭਣਾ। ਪਰ ਨਹੀਂ, ਇਹਨੇ ਦੀ ਜ਼ਿੰਦਗੀ ਨਹੀਂ ਗੁਜ਼ਾਰਨੀ, ਜ਼ਿੰਦਗੀ ਕਿਹਨੇ ਦੀ ਗੁਜ਼ਾਰਨੀ ਹੈ। ਜੀਓ ਤੋ ਐਸੇ ਜੀਓ, ਹਰ ਸ਼ਖਸ ਤੁਝੇ ਸਲਾਮ ਕਰੇ। ਮਰੋ ਤੋ ਐਸੇ ਮਰੋ, ਦੁਨੀਆ ਤੁਝੇ ਯਾਦ ਕਰੇ। ਦੁਨੀਆਦਾਰੀ ਮਰ ਸਾਰਿਆਂ ਜਾਣਾ ਹੈ, ਤੇ ਮਰਨਾ ਤੇ ਆਸ਼ਕਾਂ ਵਾਲਾ ਹੋ ਗਿਆ। ਬਾਤ ਸਮਝ ਰਹੇ ਕਿ ਨਹੀਂ ਸਮਝ? ਮਰਨਾ ਆਸ਼ਕਾਂ ਵਾਲਾ ਹੋ ਗਿਆ, ਤੇ ਇਹ ਮਰਨਾ ਸਾਨੂੰ ਸਿਖਾਇਆ ਅਮੀਰੁਲ ਮੁਜਾਹਿਦੀਨ ਖਾਦਮ ਰਜ਼ਵੀ। ਉਹਨਾਂ ਆਖਿਆ ਮਰ ਜਾਣਾ ਜੇ, ਪਰ ਜ਼ਿੰਦਗੀ ਉਹੀ ਹੈ ਜਿਹੜੀ ਯਾਰ ਦੇ ਨਾਵੇਂ ਲੱਗ ਜਾਏ, ਜ਼ਿੰਦਗੀ ਉਹੀ ਹੈ ਜਿਹੜੀ ਯਾਰ ਦੇ। ਤੇ ਬਾਬਾ ਜੀ ਆਖਰੀ ਵੇਲੇ ਦੱਸ ਗਏ, ਲਹਦ ਮੇ ਇਸ਼ਕੇ ਰੁਖੇ ਸ਼ਾਹ ਕਾ ਦਾਗ ਲੈ ਕੇ ਚਲੇ। ਉਹ ਕਈ ਵਿਚਾਰੇ ਮਰ ਜਾਣ ਨਾ, ਤੇ ਦੋ ਘੰਟਿਆਂ ਬਾਅਦ ਬੂਥਾ ਵਿਗੜਿਆ ਹੁੰਦਾ, ਤੇ ਕਈ ਬਾਹਰੋਂ ਡੱਬੇ ਚ ਪੈਕ ਹੋ ਕੇ ਆਉਂਦੇ, ਤੇ ਡੱਬੇ ਦੇ ਉੱਤੇ ਲਿਖਿਆ ਹੁੰਦਾ ਇਹ ਸ਼ਕਲ ਨਾ ਦਿਖਾਈ ਜਾਏ। ਮੈਂ ਕਿਹਾ ਕਿਉਂ ਨਾ ਦਿਖਾਈ ਜਾਏ, ਵੇਖਣ ਦੇ ਕਾਬਲ ਹੈ ਹੀ ਨਹੀਂ। ਤੇ ਮੇਰੇ ਬਾਬਾ ਜੀ ਦਾ ਜਿਸਮ ਮੁਬਾਰਕ ਤਿੰਨ ਦਿਨ ਪਿਆ ਰਿਹਾ, ਤੇ ਨਾਰਾ ਲਬੈਕ ਦਾ ਵੱਜਦਾ ਰਿਹਾ, ਜਿਵੇਂ ਜਿਵੇਂ ਨਾਰਾ ਵੱਜਦਾ ਰਿਹਾ ਚਿਹਰੇ ਦਾ ਨੂਰ ਵੱਧਦਾ ਗਿਆ। ਲਹਦ ਮੇ ਇਸ਼ਕੇ ਰੁਖੇ ਸ਼ਾਹ ਕਾ ਦਾਗ ਲੈ ਕੇ ਚਲੇ। ਅੰਧੇਰੀ ਰਾਤ ਸੁਨੀ ਥੀ ਚਰਾਗ ਲੈ ਕੇ ਚਲੇ। ਫਿਰ ਕਮਰੇ ਚ ਗਏ ਤੇ ਕੀ ਬਣਿਆ? ਪਸੇ ਮੁਰਦਨ ਫਰਿਸ਼ਤੋ ਨੇ ਤਲਾਸ਼ੀ ਲਈ ਤੋ ਕਿਆ ਨਿਕਲਾ। ਆ ਸਮੋਗ ਪੈਂਦੀ ਹੈ ਪਈ, ਤੇ ਰਾਤ ਸੜਕਾਂ ਤੇ ਰਹੀਦਾ, ਤੇ ਕਈ ਪੁਲਸੀਏ ਡੱਕ ਲੈਂਦੇ, ਉਹ ਨਜਾਇਜ਼ ਹੀ ਖਿਲਾਰੀ ਛੱਡਣਗੇ। ਤੇ ਜੇ ਸਾਰਾ ਕੁਝ ਕੋਲੋਂ ਲੱਭ ਜਾਏ ਤੇ ਕਹਿੰਦੇ ਮੌਲਵੀ ਜੀ ਲੰਗਰ ਦਿਓ। ਮੈਂ ਇੱਕ ਦਿਨ ਸਿਆਲਕੋਟ ਆਉਂਦਾ ਸੀ ਵਿਆਹ ਤੇ, ਆ ਮੋਟਰ ਵੇ ਉਤਰੇ ਆਣਾ ਤੇ ਇੱਥੇ ਬੰਦਿਆਂ ਡੱਕ ਲਿਆ, ਤੇ ਮੈਨੂੰ ਆਂਦਾ ਜੀ ਲੰਗਰ ਦਿਓ। ਉਹਨੇ ਮੇਰੀ ਆਦਤ ਨਹੀਂ, ਉਹ ਦਿਨ ਐਵੇਂ ਸੌਖ ਜਿਹਾ ਬਣਿਆ, ਤੇ ਮੈਂ ਮਹਿਫਲ ਦੇ ਬੰਨ ਮੈਂ ਚਾਰ ਪੰਜ ਡੱਬੇ ਰੱਖੋ ਯਾਰ ਪਿੱਛੇ ਗੱਡੀ 'ਚ, ਉਹਨਾਂ ਚੌਲਾਂ ਦੇ ਡੱਬੇ ਰੱਖ ਦਿੱਤੇ, ਤੇ ਮੈਨੂੰ ਪੁਲਸੀਆਂ ਦਾ ਲੰਗਰ ਦਿਓ। ਮੈਂ ਡਰਾਈਵਰ ਨੂੰ ਆਖਿਆ ਮੈਂ ਫੜਾ ਸੂ ਯਾਰ ਕੋ ਡੱਬੇ ਦਿਓ, ਤੇ ਡੱਬੇ ਵੇਖ ਕੇ ਕਹਿੰਦਾ ਇਹ ਲੰਗਰ ਨਹੀਂ ਮੰਗਿਆ ਦੂਜਾ ਮੰਗਿਆ। ਇਹਨਾਂ ਨੂੰ ਲੱਗਿਆ ਮੱਛੀ ਛੋਲਾ, ਤੇ ਇਹ ਜਨਾਬ 500 ਲੈ ਲੈਣ, 1000 ਲੈ ਲੈਣ, 100-200 ਲੈ ਲੈਣ ਦੇ, ਆਂਦੇ ਨੇ ਤੂੰ ਹੀ ਜੀ, ਤੇਰੇ ਬੱਚੇ ਜੀ, ਨਾਨਕੇ ਜੀ, ਦਾਦਕੇ ਜੀ, ਇੱਥੇ ਰਿਸ਼ਵਤ ਦਿਓ ਤੇ ਜਾਨ ਛੁੱਟ ਜਾਂਦੀ ਹੈ, ਤੇ ਕਫਨ ਨੂੰ ਜੇਬਾਂ, ਤੇ ਪੈਸੇ ਕਬਰ 'ਚ ਨਾਲ, ਕੋਠੀਆਂ ਕਬਰ 'ਚ ਨਾਲ, ਕਾਰਾਂ ਕਬਰ 'ਚ ਨਾਲ, ਤੇ ਰਿਸ਼ਵਤ ਉਹਨਾਂ ਲੈਣੀ ਵੀ। ਤੇ ਹੁਣ ਸੋਚੀ ਤੇ ਪੈ ਗਏ ਉਹਨਾਂ ਮੌਲਵੀ ਜੀ, ਇੱਥੇ ਤੇ ਛੁੱਟ ਜਾਂਦੇ ਹਾਂ, ਉੱਥੇ ਕਿਵੇਂ ਛੁੱਟਾਂਗੇ? ਹੁਣ ਤੋਜੋ ਰੱਖੋ, ਉੱਥੇ ਛੁੱਟਣ ਦਾ ਕੁਲੀਆ ਹੈ। ਪਸੇ ਮੁਰਦਨ ਫਰਿਸ਼ਤੋ ਨੇ ਤਲਾਸ਼ੀ ਲੀ ਤੋ ਕਿਆ ਨਿਕਲਾ। ਛੁਪਾ ਹੁਆ ਦਿਲ ਕੇ ਗੋਸ਼ੇ ਮੇ ਖਿਆਲੇ ਮੁਸਤਫਾ ਨਿਕਲਾ। ਉੱਥੇ ਵੀ ਛੁੱਟ ਜਾਓਗੇ ਜੇ ਸੀਨੇ ਦੀ ਸਰਕਾਰ ਦਾ ਪਿਆਰ ਹੋਇਆ, ਜੇ ਦਿਲ ਲਈ ਸਰਕਾਰ ਦੀ ਮੁਹੱਬਤ ਹੋਈ। ਤੇ ਇਸ ਵਾਸਤੇ ਭਾਈ ਸਾਹਿਬ ਅੱਜ ਅਹਿਦ ਕਰੋ, ਹਜ਼ੂਰ ਨਾਲ ਇੰਜ ਪਿਆਰ ਕਰੋਗੇ ਜਿਵੇਂ ਬਾਬਾ ਦੱਸ ਗਿਆ, ਹਜ਼ੂਰ ਨਾਲ ਅੰਨੇ ਵਾਹ ਮੁਹੱਬਤ ਕਰਨੀ। ਤੇ ਦੋ ਨੰਬਰ ਤੇ ਬਗੈਰਤ ਮੌਲਵੀਆਂ ਤੋਂ ਬਚਣਾ ਹੈ, ਜਿਹੜੇ ਫੀਤੇ ਲੈ ਕੇ ਜੀ ਆਹ ਸ਼ਾਨ ਨਬੂਵਤ ਦੀ ਹੈ ਤੇ ਆਹ ਨਹੀਂ, ਆਹ ਮੰਨੋ ਤੇ ਆਹ ਨਾ ਮੰਨੋ, ਆਹ ਮੰਨੋ ਤੇ ਆਹ ਨਾ ਮੰਨੋ।
ਮੈਂ ਕਿਹਾ ਤੁਹਾਡਾ ਕੀ ਹੈ, ਤੁਸੀਂ ਪਿਓ ਨੂੰ ਨਹੀਂ ਮੰਨਦੇ, ਤੁਸੀਂ ਸਰਕਾਰ ਨੂੰ ਕਿੱਥੋਂ ਮੰਨਣਾ? ਬਾਤ ਹੀ ਸਮਝ ਆ ਰਹੀ ਕਿ ਨਹੀਂ ਆ ਰਹੀ? ਇਸ ਕਿ ਅੱਬੇ ਨੂੰ ਨਹੀਂ ਮੰਨਦੇ, ਮਿਰਜ਼ਾ ਜੇਲਮੀ ਹੋ ਗਿਆ, ਅੱਗੋਂ ਦੀ ਨਸਲ ਹੋ ਗਈ, ਅੱਗੋਂ ਇੱਕ ਪਾਰਟੀ ਰਾਜਵੰਡ ਤੋਂ ਨਿਕਲਦੀ ਹੈ ਉਹ ਹੋ ਗਈ, ਇਹ ਨਾ ਜਨਾਬ ਗਲੀ ਗਲੀ ਜਾ ਕੇ ਤੇ ਲੋਕਾਂ ਦੀ ਮਾਨ ਖਰਾਬ ਕਰਨੇ ਹੁੰਦੇ। ਜਨਾਬ ਫੀਤੇ ਰੱਖੇ ਆਖੇ ਜੀ ਆਹ ਮੋਜਜ਼ਾ ਹੈ ਤੇ ਆਹ ਨਹੀਂ, ਆਹ ਨਬੀ ਦੀ ਸ਼ਾਨ ਹੈ ਤੇ ਆਹ ਨਹੀਂ। ਮੈਂ ਕਿਹਾ ਸਾਰਾ ਕੁਝ ਬਾਅਦ ਚੋਂ ਕਰੀ, ਫੀਤਾ ਬਾਅਦ ਚੋਂ ਮਾਰੀ, ਕੁਰਾਨ ਦੀ ਇਕਾਇਤ ਦਾ ਤਰਜਮਾ ਦੱਸ। ਆਖੇ ਉਹ ਕਿਹੜੀ ਹੈ? ਮੈਂ ਕਿਹਾ ਅੱਲਾ ਫਰਮਾਂਦਾ ਵਾ ਰਫਾ ਨਾ ਲਾ ਕਾ ਜ਼ਿਕਰ, ਸੋਹਣਿਆ ਤੇਰਾ ਜ਼ਿਕਰ ਤੇਰੇ ਲਈ ਬੁਲੰਦ ਕਰ ਦਿੱਤਾ। ਹੁਣ ਮੇਰਾ ਜੁਮਲਾ ਸਮਝਣਾ, ਮੈਂ ਕੁਰਸੀ ਤੇ ਬੈਠਾ ਜਿਸ ਜਾਤ ਸਾਹਿਬ ਤੋਂ ਉੱਚਾ, ਇਹ ਉੱਥੇ ਬਹਿ ਕੇ ਕੁਛ ਹੈ ਬੁਲੰਦ ਕਰਨ ਓਨੀ ਕੁ ਹੋਣੀ ਜਿੰਨੀ ਕਿ ਇਹਨਾਂ ਦੀ ਹੱਦ ਹੈ। ਮੈਂ ਕੁਰਸੀ ਤੇ ਬਹਿ ਕੇ ਸ਼ਹਿ ਬੁਲੰਦ ਕਰਾਂ ਜਿੱਥੇ ਮੇਰੀ ਹੱਦ ਹੈ, ਆਪਣੀ ਹੱਦ ਤੋਂ ਉੱਤੇ ਮੈਂ ਬੁਲੰਦ ਕਰ ਸਕਦਾ, ਤੇ ਜੇ ਮੈਂ ਖਲੋ ਕੇ ਕੁਛ ਹੈ ਬੁਲੰਦ ਕਰਾਂ ਤੇ ਆਹ ਮੇਰੀ ਹੱਦ ਹੈ, ਇਹਦੋਂ ਉੱਤੇ ਮੈਂ ਕੁਛ ਹੈ ਬੁਲੰਦ ਕਰ ਸਕਦਾ। ਇੱਥੇ ਕਰਕੇ ਹੱਦ ਹੋ ਗਈ, ਆਪਣੀ ਹੱਦ ਤੋਂ ਉੱਤੇ ਮੈਂ ਕੁਛ ਹੈ ਬੁਲੰਦ ਕਰ ਸਕਦਾ। ਅੱਲਾ ਫਰਮਾਂਦਾ ਵਾਰਫਾ ਨਾ ਲਾਕਾ ਜ਼ਿਕਰ, ਸੁਣਿਆ ਤੇਰਾ ਜ਼ਿਕਰ ਤੇਰੇ ਲਈ ਬੁਲੰਦ ਕੀਤਾ। ਮੈਂ ਕਿਹਾ ਮੌਲਵੀ ਅੱਲਾ ਜ਼ਿਕਰ ਕਿੰਨੇ ਬੁਲੰਦ ਕੀਤਾ ਮੇਰੇ ਨਬੀ ਦਾ? ਆਖੇ ਅੱਲਾ ਨੇ ਕੀਤਾ। ਮੈਂ ਕਿਹਾ ਰੱਬ ਦੀ ਬੁਲੰਦੀ ਦੀ ਹੱਦ ਤੂੰ ਦੱਸ ਦੇ, ਮੁਸਤਫਾ ਦੀ ਬੁਲੰਦੀ ਦੀ ਹੱਦ ਅਸੀਂ ਦੱਸ ਦੇਣਾ। ਅਗਵਾਂ ਦਾ ਜੀ ਚੂੰਕੇ ਚੁਨਾਚੇ ਬਾਤ ਇਹ ਹੈ, ਅੱਲਾ ਤੋਂ ਬੇਹੱਦ ਬੁਲੰਦ ਹੈ, ਤੇ ਮੈਂ ਕਿਹਾ ਡੁੱਬ ਕੇ ਨਹੀਂ ਮਰਦਾ। ਜੇ ਬੁਲੰਦ ਕਰਨ ਵਾਲਾ ਬੇਹੱਦ ਬੁਲੰਦ ਹੈ, ਜਿਹਨੂੰ ਬੁਲੰਦ ਕੀਤਾ ਉਹਨੂੰ ਵੀ ਬੇਹੱਦ ਬੁਲੰਦ ਫਰਮਾ ਛੱਡੇ। ਇਸ ਵਾਸਤੇ ਜਨਾਬ ਕਿਸੇ ਐਰੇ ਗਹਿਰੇ ਨੱਤੂ ਖੈਰੇ ਮੌਲਵੀ ਕੋਲੋਂ ਪੁੱਛ ਕੇ ਹਜ਼ੂਰ ਦੀ ਸ਼ਾਨ ਨਹੀਂ ਬਿਆਨ ਕਰਨੀ ਤੇ ਸਰਕਾਰ ਨਾਲ ਮੁਹੱਬਤ ਨਹੀਂ ਕਰਨੀ, ਹਜ਼ੂਰ ਦੀ ਗੱਲ ਆ ਜਾਵੇ ਤੇ ਅੰਨੇ ਵਾਹ ਹੀ ਸਰਕਾਰ ਨਾਲ ਪਿਆਰ ਕਰਨਾ, ਅੰਨੇ ਵਾਹ ਹੀ ਹਜ਼ੂਰ ਨਾਲ ਮੁਹੱਬਤ ਕਰਨੀ ਹੈ। ਉਹ ਤੇ ਵਿਚਾਰੇ ਘਰੋਂ ਬਾਹਰੋਂ ਤੱਕੇ ਤੇ ਮੈਂ ਉਹਨਾਂ ਨੂੰ ਜਵਾਬ ਇਹ ਨਹੀਂ ਦਿੱਤਾ। ਫਰਾ ਕੇ ਉਸਤਰਾ ਸਿਰ ਤੇ ਝੁਕਾ ਕੇ ਬਿਸਤਰਾ ਸਿਰ ਤੇ, ਸਮਝੋ ਫਰਾ ਕੇ ਉਸਤਰਾ ਸਿਰ ਤੇ ਝੁਕਾ ਕੇ ਬਿਸਤਰਾ ਸਿਰ ਤੇ, ਘਰੋਂ ਕੱਢਿਆ ਨਿਕੰਮੇ ਨੂੰ ਪਰਾਵਾਂ ਯਾ ਰਸੂਲ ਅੱਲਾ, ਅਜੇ ਸੂਜੀ ਵੀ ਨਹੀਂ ਪੁੱਜਦੀ ਇਹ ਪੁੱਜ ਜਾਂਦਾ ਏ ਪਹਿਲਾਂ ਹੀ, ਜਦੋਂ ਮੈਂ ਸ਼ਬ ਰਾਤ ਦਾ ਹਲਵਾ ਪਕਾਵਾਂ ਯਾ ਰਸੂਲ ਅੱਲਾ। ਸੁਣੋ, ਫਰਾ ਕੇ ਉਸ ਤਰ੍ਹਾਂ ਸਿਰ ਤੇ ਝੁਕਾ ਕੇ ਬਿਸਤਰਾ ਸਿਰ ਤੇ, ਘਰੋਂ ਕੱਢਿਆ ਨਿਕੰਮੇ ਨੂੰ ਪਰਾਵਾਂ ਯਾ ਰਸੂਲ ਅੱਲਾ, ਅਜੇ ਸੂਜੀ ਵੀ ਨਹੀਂ ਪੁੱਜਦੀ ਇਹ ਪੁੱਜ ਜਾਂਦਾ ਏ ਪਹਿਲਾਂ ਹੀ, ਜਦੋਂ ਮੈਂ ਸ਼ਬ ਰਾਤ ਦਾ ਹਲਵਾ ਪਕਾਵਾਂ ਯਾ ਰਸੂਲ ਅੱਲਾ, ਕਰਾ ਕੇ ਟਿੰਡ ਫਿਰਦਾ ਏ ਪਿੰਡੋ ਪਿੰਡ ਤੇ ਫਿਰ ਜਾਂਦਾ ਏ ਰਾਏਵਿੰਡ, ਇਹਦੇ ਸਿਰ ਵਿੱਚ ਮੈਂ ਸੌ ਸੌ ਜੁੱਤੀਆਂ ਖੜਾਵਾਂ ਯਾ ਰਸੂਲ ਅੱਲਾ। ਸਾਨੂੰ ਸਰਕਾਰ ਨਾਲ ਅੰਨੇ ਵਾਹ ਮੁਹੱਬਤ ਕਰਨ ਦੀ ਤੋਫੀਕ ਅਤਾ ਫਰਮਾਏ। ਜਿਨ੍ਹਾਂ ਸੰਗੀਆਂ ਇਹਤਮਾਮ ਕੀਤਾ ਅੱਲਾ ਇਹਤਮਾਮ ਕਬੂਲ ਫਰਮਾਏ। ਜਿਹੜੇ ਸੰਗੀ ਆਏ ਹੋ ਅੱਲਾ ਕਰੀਮ ਸਾਰਿਆਂ ਦਾ ਇਹ ਹਾਜ਼ਰੀ ਅਤੇ ਇਹ ਸਾਰਿਆਂ ਦੀ ਮੁਹੱਬਤ ਆਪਣੀ ਬਾਰਗਾਹ ਦੇ ਅੰਦਰ ਕਬੂਲ ਫਰਮਾਏ। ਮਾਂ ਚੱਕੇ ਜਾਏ ਤੁਸੀਂ ਵੀ ਸ਼ੇਰ ਹੋ, ਇਹ ਵੀ ਸ਼ੇਰ ਨੇ, ਇਹ ਵੀ ਮਤਲਬ ਉਹਨ ਪਾ ਲਾ ਕੇ ਬਚਿਆ ਵੀ ਇਸ਼ਕੀ ਦੇ ਜੋ ਹੈ ਕਿ ਨਹੀਂ, ਹਾਂ ਇਹ ਤੋਂ ਵਜਿਆ ਵੀ ਇਸ਼ਕੀ ਹੈ। ਉਹਨਾਂ ਨੇ ਘਰ ਦਾ ਜੋਗੀ ਜੋਗੜਾ ਤੇ ਬਾਹਰ ਦਾ ਜੋਗੀ ਸੁੱਧ, ਅਸੀਂ ਤੁਹਾਡੇ ਗੁਆਂਢ ਚ ਵੱਸਦੇ ਹੋਏ। ਬਾਤ ਹੀ ਸਮਝ ਆ ਰਹੀ ਕਿ ਨਹੀਂ ਆ ਰਹੀ? ਸਮਝੋ, ਸ਼ੇਰ ਪੜਿਆ ਫਕੀਰ ਨੇ ਗਲੀ ਗਲੀ ਪਿੰਡ ਪਿੰਡ ਲੋਕਾਂ ਸੁਣਿਆ, ਤੇ ਉਹ ਸ਼ੇਰ ਦੀ ਆਪਣਿਆਂ ਨੂੰ ਠੰਡ ਪੈ ਗਈ ਹੈ, ਬੇਗਾਨਿਆਂ ਨੂੰ ਫੰਡ ਪੈ ਗਈ ਹੈ।
ਤੇ ਮੈਂ ਗਲੀ ਗਲੀ ਜਾ ਕੇ ਆਖਿਆ ਕਰ ਲੈ ਨਬੀ ਦੇ ਸਹਾਬਾ ਨਾਲ ਪਿਆਰ ਜ਼ਿੰਦਗੀ ਚ ਹੋਸ਼ਿਆ ਰੌਣਕ ਬਹਾਰ ਕਰ ਲੈ ਨਬੀ ਦੇ ਸਹਾਬਾ ਨਾਲ ਪਿਆਰ ਜ਼ਿੰਦਗੀ ਚ ਹੋਸ਼ਿਆ ਰੌਣਕ ਬਹਾਰ ਜਿੰਨੇ ਦਰਬਾਰ ਸਭ ਦੀਨ ਤੇ ਲੁਟਾਇਆ ਏ ਉਹਨੇ ਕਿਵੇਂ ਹੱਕ ਬੀਬੀ ਫਾਤਿਮਾ ਦਾ ਖਾਇਆ ਏ ਜਿੰਨੇ ਦਰਬਾਰ ਸਭ ਦੀਨ ਤੇ ਲੁਟਾਇਆ ਏ ਉਹਨੇ ਕਿਵੇਂ ਹੱਕ ਬੀਬੀ ਫਾਤਿਮਾ ਦਾ ਖਾਇਆ ਏ ਬੰਦਾ ਬਣ ਭੰਗੀ ਐਵੇਂ ਚੱਵਲਾ ਨਾ ਮਾਰ ਕਰ ਲੈ ਨਬੀ ਦੇ ਸਹਾਬਾ ਨਾਲ ਪਿਆਰ ਬੰਦਾ ਬਣ ਭੰਗੀ ਐਵੇਂ ਚੱਵਲਾ ਨਾ ਮਾਰ ਕਰ ਲੈ ਨਬੀ ਦੇ ਸਹਾਬਾ ਨਾਲ ਪਿਆਰ ਸਹਾਬਾ ਨੂੰ ਜਪੋਂਗੇ ਉਹ ਨੁਤਫਾ ਹਰਾਮੀ ਏ ਬਦ ਕਿਰਦਾਰ ਦੀ ਪੱਕੀ ਏ ਨਿਸ਼ਾਨੀ ਏ ਗੱਲ ਸੁਣ ਐ ਮੁੱਤਾ ਦੀ ਪੈਦਾਵਾਰ ਕਰ ਲੈ ਨਬੀ ਦੇ ਸਹਾਬਾ ਨਾਲ ਪਿਆਰ ਸਦੀਕ ਉਮਰ ਉਸਮਾਨ ਜੀ ਦੇ ਯਾਰ ਨੇ ਅੱਲਾ ਦੇ ਉਹ ਸ਼ੇਰ ਨਾਲੇ ਹੈਦਰੇ ਕਰਾਰ ਨੇ ਚਾਰਾਂ ਨੂੰ ਤੂੰ ਮੰਨ ਚਾਰੇ ਨਬੀ ਦੇ ਨੇ ਯਾਰ ਕਰ ਲੈ ਨਬੀ ਦੇ ਸਹਾਬਾ ਨਾਲ ਪਿਆਰ ਫਰੈਂਡ ਸੀਟ ਵਾਲੇ ਸੂਫੀ ਸਾਹਿਬ ਹੁਣ ਇਹ ਸ਼ੇਰ ਇਹਨਾਂ ਵਾਸਤੇ ਤੇ ਖੜੀ ਵਾਲਾ ਬਾਬਾ ਕਹਿੰਦਾ ਜੇਕਰ ਯਾਰ ਦੇ ਨਾਮ ਦਾ ਮਿਲੇ ਮੇਨਾ ਚੋਲੀ ਪਾ ਲਈਏ ਥੱਲੇ ਸੱਟੀਏ ਨਾ ਕਰ ਯਾਰ ਦੇ ਨਾਮ ਦੀ ਮਿਲੇ ਸੂਲੀ ਝੂਟਾ ਲੈ ਲਈਏ ਪਿੱਛੇ ਹਟੀਏ ਨਾ ਅੱਲਾ ਕਰੀਮ ਅਮਲ ਦੀ ਤੋਫੀਕ ਅਤਾ ਫਰਮਾਏ ਸਦਾ ਵਸਦਾ ਰਵੇ ਤੇਰਾ ਦੁਬਾਰਾ ਯਾ ਰਸੂਲ ਅੱਲਾ ਜਿੱਥੇ ਹੁੰਦਾ ਗਰੀਬਾਂ ਦਾ ਗੁਜ਼ਾਰਾ ਯਾ ਰਸੂਲ ਅੱਲਾ ਕਿਸੇ ਨੂੰ ਮਾਨ ਦੌਲਤ ਤੇ ਕਿਸੇ ਨੂੰ ਹੈ ਇਬਾਦਤ ਤੇ ਸੁਨੀਆਂ ਨੂੰ ਸਿਰਫ ਤੇਰਾ ਸਹਾਰਾ ਯਾ ਰਸੂਲ ਅੱਲਾ ਵਮਾ ਤੋਫੀਕੀ ਇਲਾ ਬਿੱਲਾ ਹਿਲਾਲੀ ਰਜ਼ੀਮ ਐਲਾਨੇ ਵੇ ਕਿਸੇ ਬੰਦੇ ਭੱਜ